ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਖਾਸ ਤੌਰ ਤੇ ਇਸ ਚੈਨਲ ਤੇ ਅਸੀਂ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਇਸ਼ਪ੍ਰੀਤ ਸਿੰਘ ਹੋਣਾ ਨੂੰ ਇਨਵਾਈਟ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਬਾਹਰ ਜਾਣ ਦੀ ਇੱਛਾ ਰੱਖਦੇ ਸੀ। ਸਟੂਡੈਂਟ ਵੀਜ਼ਾ ਦੀ ਉਮਰ ਲੰਘ ਚੁੱਕੀ ਹੈ, ਹੁਣ ਘੁੰਮਣ ਫਿਰਨ ਲਈ ਸੈਰ ਸਪਾਟੇ ਲਈ ਟੂਰਿਸਟ ਵੀਜ਼ਾ ਲਈ ਜਾਣਾ ਚਾਹੁੰਦੇ ਨੇ। ਸੋ ਪੰਜਾਬ ਦੇ ਵਿੱਚ ਗਿਣਤੀ ਦੀਆਂ 4-5 ਕੰਪਨੀ ਇਹੋ ਜਿਹੀਆਂ ਜਿਹੜੇ ਚੰਗੇ ਤੌਰ ਤੇ ਵੱਡੇ ਪੱਧਰ ਤੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਦਾ ਕੰਮ ਕਰ ਰਹੀਆਂ। ਸੋ ਅਗਰ ਵੀਜ਼ਾ ਸਕਸੈਸ ਰੇਟ ਦੀ ਗੱਲ ਕਰ ਲਈਏ, ਵੀਜ਼ਾ ਅਪਰੂਵਲ ਕਿਤੇ ਜਾਂਦੇ ਹੁੰਦੇ ਆ ਤਾਂ ਸ਼ਾਇਦ 1-2 ਕੰਪਨੀਆਂ ਹੋਣਗੀਆਂ ਜਿਨ੍ਹਾਂ ਦੇ ਚੰਗੇ ਨਤੀਜੇ ਆ ਰਹੇ ਨੇ, ਜਿਨ੍ਹਾਂ ਵਿੱਚ ਇੱਕ I2A ਇਮੀਗ੍ਰੇਸ਼ਨ ਯਾਨੀ ਇੰਡੀਆ ਟੂ ਅਬਰਾਡ ਹੈ। ਸੋ ਬਹੁਤ ਸਾਰੇ ਲੋਕਾਂ ਦੀ ਕੁਐਰੀਜ਼ ਆ ਰਹੀਆਂ ਸੀ ਕਿ ਇਹੋ ਜਿਹੇ ਵੀਜ਼ਾ ਐਕਸਪਰਟ ਨੂੰ ਇਸ ਮੰਚ 'ਤੇ ਲਿਆਂਦਾ ਜਾਵੇ ਜਿਹੜੇ ਘੁੰਮਣ ਫਿਰਨ ਲਈ, ਸੈਰ ਸਪਾਟੇ ਲਈ, ਟੂਰਿਸਟ ਵਿਜ਼ਟਰ ਵੀਜ਼ਾ ਬਾਰੇ ਜਾਣਕਾਰੀ ਦੇ ਸਕਣ। ਸੋ ਸੂਟੇਬਲ ਲੱਗਾ ਕਿ ਇਹਨਾਂ ਨੂੰ ਸਟੂਡੀਓ ਵਿੱਚ ਇਨਵਾਈਟ ਕਰੀਏ, ਗੱਲਬਾਤ ਕਰੀਏ ਤਾਂ ਕਿ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਸੋ ਸਭ ਤੋਂ ਪਹਿਲਾਂ ਇਸ਼ਪ੍ਰੀਤ ਸਿੰਘ ਦਾ ਸਵਾਗਤ ਕਰ ਲੈਂਦੇ ਹਾਂ ਇੰਡੀਆ ਟੂ ਅਬਰਾਡ ਦਾ। ਤੁਹਾਡੇ ਟੀਵੀ ਸਕਰੀਨ 'ਤੇ ਇੱਕ ਨੰਬਰ ਚੱਲ ਚੁੱਕਾ ਜੀ, 9917-670-670, ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਸ਼ੋਅ ਦੇ ਦੌਰਾਨ, ਜੇਕਰ ਤੁਸੀਂ ਕੁਝ ਸਵਾਲ ਪੁੱਛਣਾ ਚਾਹੁੰਦੇ ਹੋ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਨੂੰ, ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਚਾਹੇ ਉਹ ਅਮਰੀਕਾ ਦਾ ਵੀਜ਼ਾ ਚਾਹੇ ਉਹ ਕੈਨੇਡਾ ਦਾ ਮਲਟੀਪਲ ਵੀਜ਼ਾ। ਸੋ ਅੱਜ ਕੈਨੇਡਾ ਬਾਰੇ ਖਾਸ ਗੱਲਬਾਤ ਕਰਾਂਗੇ, ਪਰ ਪਹਿਲਾਂ ਉਹਨਾਂ ਦਾ ਰਸਮੀ ਅਸੀਂ ਸਵਾਗਤ ਕਰ ਲਈਏ। ਇਸ਼ਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਇਸ਼ਪ੍ਰੀਤ ਜੀ, ਬਹੁਤ ਥੋੜ੍ਹੀਆਂ ਕੰਪਨੀਆਂ ਪੰਜਾਬ ਦੇ ਵਿੱਚ ਜਿਹੜੇ ਟੂਰਿਸਟ ਵੀਜ਼ੇ ਨੂੰ ਪ੍ਰਮੋਟ ਕਰ ਰਹੀਆਂ ਨੇ, ਜਾਂ ਇਹ ਕਹਿ ਲਈਏ ਕਿ ਬਹੁਤ ਥੋੜ੍ਹੀਆਂ ਕੰਪਨੀਆਂ ਜਿਹੜੇ ਚੰਗੇ ਨਤੀਜੇ ਲੈ ਰਹੀਆਂ ਨੇ ਜੀ। ਸੋ ਉਹਨਾਂ ਵਿੱਚੋਂ ਇੱਕ ਇੰਡੀਆ ਟੂ ਅਬਰਾਡ ਹੈ, ਔਰ ਵਧਾਈ ਦੇ ਪਾਤਰ ਹੋ ਤੁਸੀਂ ਔਰ ਤੁਹਾਡੀ ਪੂਰੀ ਟੀਮ ਕਿ ਬਹੁਤ ਚੰਗੇ ਨਤੀਜੇ ਆ ਰਹੇ ਨੇ। ਸੋ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਘੁੰਮਣ ਫਿਰਨ ਲਈ, ਟੂਰਿਸਟ ਵੀਜ਼ੇ ਲਈ ਕੈਨੇਡਾ ਜਾਣਾ ਚਾਹੁੰਦੇ ਨੇ 10 ਸਾਲਾਂ ਮਲਟੀਪਲ ਵੀਜ਼ੇ ਲਈ, ਪਰ ਸਹੀ ਰਸਤਾ ਨਹੀਂ ਮਿਲ ਪਾ ਰਿਹਾ, ਸਹੀ ਸੇਧ ਨਹੀਂ ਮਿਲ ਪਾ ਰਹੀ। ਬਹੁਤ ਲੰਬੇ ਸਮੇਂ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ, ਬਹੁਤ ਵੱਡੇ ਪੱਧਰ ਤੇ ਵੀਜ਼ੇ ਲਏ, ਚਾਹੇ ਉਹ ਹੋਟਲ ਬੁਕਿੰਗ ਸੀ, ਚਾਹੇ ਉਹ ਟੂਰ ਪੈਕੇਜ ਸੀ, ਚਾਹੇ ਇਨਵੀਟੇਸ਼ਨ ਦੇ ਆਧਾਰ ਤੇ ਤੁਸੀਂ ਮਸ਼ਹੂਰ ਹੋ ਪੰਜਾਬ ਦੇ ਵਿੱਚ ਵੀਜ਼ੇ ਲਵਾਉਣ ਲਈ ਜੀ। ਸੋ ਥੋੜੀ ਜਿਹੀ ਝਾਤ ਪਹਿਲਾਂ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਨਾਲ ਨਵੇਂ ਜੁੜੇ ਨੇ, ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਬਾਰੇ, I2A ਇਮੀਗ੍ਰੇਸ਼ਨ ਕਦੋਂ ਹੋਂਦ ਵਿੱਚ ਆਈ, ਕਿਹੜੇ ਕਿਹੜੇ ਵੀਜ਼ਾ ਦੇ ਨਾਲ ਡੀਲ ਕਰ ਰਹੀ ਹੈ, ਔਰ ਕਿਹੜੀ ਕਿਹੜੀ ਕੰਟਰੀ ਦੇ ਨਾਲ ਡੀਲ ਕਰ ਰਹੀ ਹੈ? ਓਕੇ, ਦੇਖੋ ਜੀ ਮਨੀਸ਼ ਜੀ, ਸਾਨੂੰ ਸਾਡੀ ਕੰਪਨੀ ਨੂੰ ਅੱਜ 5th ਈਅਰ ਪੰਜਵਾਂ ਸਾਲ ਚੱਲਦਾ ਪਿਆ ਹੈਗਾ, ਅਤੇ ਬੜੀ ਖੁਸ਼ੀ ਹੈ ਅਤੇ ਕਈ ਵਾਰ ਬੜਾ ਮਾਣ ਵੀ ਮਹਿਸੂਸ ਹੁੰਦਾ ਕਿ ਰੱਬ ਦੀ ਕਿਰਪਾ ਨਾਲ ਬਹੁਤ ਅੱਛੇ ਸਕਸੈਸ ਰੇਟ ਸਾਡਾ ਹਮੇਸ਼ਾ ਰਿਹਾ, ਕਾਫੀ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ, ਉਹਨਾਂ ਦੀ ਜਿਹੜੀ ਡ੍ਰੀਮ ਕੰਟਰੀ ਹੈ ਉੱਥੇ ਉਹਨਾਂ ਨੂੰ ਉਸ ਕੰਟਰੀ ਦਾ ਵੀਜ਼ਾ ਉਹਨਾਂ ਨੇ ਲੈ ਕੇ ਦਿੱਤਾ, ਅਤੇ ਕਾਫੀ ਅੱਛਾ ਸਕਸੈਸ ਰੇਟ ਸਾਡਾ ਚੱਲਦਾ ਪਿਆ ਜੀ। ਸੋ ਕਿਹੜੇ ਕਿਹੜੇ ਮੁਲਕ ਦੇ ਵੀਜ਼ਾ ਨਾਲ ਡੀਲ ਕਰਦੇ ਹੋ, ਕਿਹੜੇ ਕਿਹੜੇ ਵੀਜ਼ਾ ਡੀਲ ਕਰਦੇ ਹੋ, ਸਿਰਫ ਟੂਰਿਸਟ ਵਿਜ਼ਟਰ ਹੀ ਕਰਦੇ ਹੋ ਜਾਂ ਹੋਰ ਵੀਜ਼ਾ ਨੂੰ ਡੀਲ ਕਰ ਰਹੇ ਹੋ? ਬੇਸਿਕਲੀ ਦੇਖੋ ਸਰ, ਅਸੀਂ ਦੋਨੋਂ ਵੀਜ਼ਿਆਂ 'ਚ ਡੀਲ ਕਰਦੇ ਹਾਂ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਪਰ ਅਗਰ ਆਪਾਂ ਗੱਲ ਕਰੀਏ ਜ਼ਿਆਦਾ ਸਪੈਸ਼ਲੀ ਅਸੀਂ ਟੂਰਿਸਟ ਵੀਜ਼ਾ 'ਚ ਹੈਗੇ ਹਾਂ ਜ਼ਿਆਦਾ ਜੀ। ਸੋ ਟੂਰਿਸਟ ਵੀਜ਼ਾ ਕਿਹੜੀ ਕਿਹੜੇ ਮੁਲਕਾਂ ਦੇ ਕਰਦੇ ਹੋ, ਕੀ ਸਿਰਫ ਕੈਨੇਡਾ ਦਾ ਟੂਰਿਸਟ ਵੀਜ਼ਾ ਕਰਦੇ ਹੋ, ਹੋਰ ਮੁਲਕਾਂ ਦਾ ਟੂਰਿਸਟ ਵੀਜ਼ਾ ਕਰਦੇ ਹੋ? ਦੇਖੋ ਗੱਲ ਤਾਂ ਅਸੀਂ ਸਾਰੀ ਕੰਟਰੀਆਂ ਡੀਲ ਕਰਦੇ ਹਾਂ, ਬਟ ਅਗਰ ਮੈਂ ਗੱਲ ਕਰਾਂ ਸਕਸੈਸ ਰੇਟ ਦੀ, ਸਕਸੈਸ ਰੇਟ ਜਿਹੜਾ ਵੀ ਜਦੋਂ ਵੀ ਜਿਸ ਕੰਟਰੀ ਦਾ ਜ਼ਿਆਦਾ ਹੁੰਦਾ, ਅਸੀਂ ਕੰਸਲਟੈਂਟ ਆ, ਸਾਨੂੰ ਗਾਈਡ ਕਰਨਾ ਹੁੰਦਾ ਕਿ ਕਿਸ ਇਸ ਟਾਈਮ ਕਿਹੜੀ ਕੰਟਰੀ ਦਾ ਕੀ ਸਕਸੈਸ ਰੇਟ ਚੱਲ ਰਿਹਾ। ਔਰ ਗੱਲ ਕਰਾਂ ਪਿਛਲੇ ਕੁਛ ਸਾਲ ਤੋਂ, 1 ਸਾਲ ਤੋਂ 2 ਸਾਲ ਤੋਂ ਕੈਨੇਡਾ ਜਿਹੜਾ ਸਭ ਤੋਂ ਹਾਈਐਸਟ ਵੀਜ਼ਾ ਸਕਸੈਸ ਰੇਟ ਦੇ ਵਿੱਚ ਰਿਹਾ, ਅਤੇ ਬਹੁਤ ਹੀ ਭਾਰੀ ਮਾਤਰਾ 'ਚ ਕੈਨੇਡਾ ਨੇ ਵੀਜ਼ੇ ਦਿੱਤੇ ਨੇ। ਬਾਕੀ ਤੁਹਾਡੀ ਆਪਣੀ ਚੁਆਇਸ ਹੁੰਦੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੈਗੇ ਹੋ, ਉਹਦੀ ਟਰਮਸ ਐਂਡ ਕੰਡੀਸ਼ਨ, ਉਹਨਾਂ ਦੀ ਚੈੱਕਲਿਸਟ ਨੂੰ ਪੂਰਾ ਕਰਕੇ ਆਪਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਲੈ ਸਕਦੇ ਹਾਂ ਜੀ। ਸੋ ਇੱਕ ਜਦੋਂ ਬੰਦਾ ਕੋਈ ਅਪਲਾਈ ਕਰਦਾ ਬਾਹਰ ਦੇ ਮੁਲਕ ਲਈ, ਕੈਨੇਡਾ ਲਈ, ਇੱਛਾ ਹਰ ਇੱਕ ਦੀ ਘੁੰਮਣ ਫਿਰਨ ਦੀ ਜਾਣ ਲਈ, ਜਦੋਂ ਏਜੰਟ ਦੇ ਕੋਲ ਆਉਂਦਾ ਤੁਸੀਂ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋ, ਕਿਹੜੇ ਕਿਹੜੇ ਕਾਗਜ਼ ਉਹਦੇ ਕੋਲ ਹੋਣੇ ਚਾਹੀਦੇ ਆ ਜਿਹੜੇ ਵੇਖ ਕੇ ਤੁਹਾਨੂੰ ਲੱਗ ਜਾਏ ਕਿ ਹਾਂ ਇਹਦਾ ਵੀਜ਼ਾ ਲੱਗ ਸਕਦਾ ਹੈ? ਕੈਨੇਡਾ ਹਾਈ ਕਮਿਸ਼ਨ ਜਾਂ ਕੈਨੇਡਾ ਜਾਣ ਲਈ ਕਿਹੜੀ ਕਿਹੜੀ ਸ਼ਰਤਾਂ ਜ਼ਰੂਰੀ ਹੈ? ਦੇਖੋ ਮਨੀ ਜੀ, ਸਭ ਤੋਂ ਜਿਹੜਾ ਜ਼ਰੂਰੀ ਪਾਰਟ ਆ ਜਾਂਦਾ ਤੁਹਾਡੀ ਫਾਈਲ ਦੇ ਵਿੱਚ, ਤੁਹਾਡਾ ਇਨਕਮ ਸੋਰਸ ਨੂੰ ਦੇਖਦੀ ਹੈ ਐਮਬੈਸੀ ਹਮੇਸ਼ਾ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਕਿ ਤੁਹਾਡੀ ਅਗਰ ਇਨਕਮ ਸੋਰਸ ਕਰਕੇ ਆਉਂਦੀ ਹੈ, ਉਸ ਤੋਂ ਬਾਅਦ ਆ ਜਾਂਦਾ ਕਿ ਤੁਹਾਡੀ ਟਰੈਵਲ ਹਿਸਟਰੀ ਜਾਂ ਫਰਦਰ ਤੁਹਾਡੇ ਕੋਲ ਫੰਡਸ ਵਗੈਰਾ, ਇਹ ਸਾਰਾ ਕੁਝ ਬਾਅਦ 'ਚ ਆਉਂਦਾ। ਸਭ ਤੋਂ ਪਹਿਲਾਂ ਦੇਖਿਆ ਜਾਂਦਾ ਮੌਜੂਦਾ ਤੁਹਾਡੇ ਹਾਲਾਤ ਕੀ ਨੇ, ਤੁਸੀਂ ਪ੍ਰੈਜੈਂਟ ਦੇ ਵਿੱਚ ਕਿੰਨਾ ਕਮਾ ਰਹੇ ਹੋ, ਕੀ ਇਨਕਮ ਸੋਰਸ ਹੈ, ਕਿੱਥੋਂ ਪੈਸਾ ਆ ਰਿਹਾ, ਕਿੰਨਾ ਆ ਰਿਹਾ, ਕਿੰਨਾ ਉੱਤੇ ਖਰਚ ਕਰਕੇ ਤੁਹਾਡੇ ਕੋਲ ਕਿੰਨਾ ਬਚ ਰਿਹਾ, ਫਿਰ ਉਸ ਤੋਂ ਬਾਅਦ ਉਹਦੇ ਰੈਲੇਵੈਂਟ ਹੀ ਉਹਨਾਂ ਤੁਹਾਡੇ ਕੋਲ ਸੇਵਿੰਗ ਹੋਣੀਆਂ ਚਾਹੀਦੀਆਂ, ਉਸ ਹਿਸਾਬ ਨਾਲ ਤੁਹਾਡੇ ਕੋਲ ਰਿਟਰਨਸ ਹੋਣੀਆਂ ਚਾਹੀਦੀਆਂ। ਇਹ ਸਾਰਾ ਕੁਝ ਗੋਲ ਚੱਕਰ ਦੇ ਵਿੱਚ ਹੁੰਦਾ ਕਿ ਸਾਰਾ ਕੁਝ ਮਿਲਦਾ ਜੁਲਦਾ ਹੁੰਦਾ। ਇਹ ਸਟਾਰਟ ਜਿਹੜਾ ਹੈਗਾ ਇਹ ਪਰ ਤੁਹਾਡੀ ਇਨਕਮ ਤੋਂ ਹੋਏਗਾ, ਉਸ ਤੋਂ ਬਾਅਦ ਉਹ ਸਾਰੀ ਚੀਜ਼ਾਂ ਜੋ ਰੈਲੇਵੈਂਟ ਹੋ ਜਾਂਦੀਆਂ ਅਤੇ ਵੀਜ਼ਾ ਲੈਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਜੀ। ਸੋ ਦਰਸ਼ਕਾਂ ਦੱਸਦੇ ਕਿ ਜੇਕਰ ਤੁਸੀਂ ਬਾਹਰ ਘੁੰਮਣ ਜਾਣਾ ਚਾਹੁੰਦੇ ਹੋ, ਕੈਨੇਡਾ ਦਾ ਵਿਜ਼ਟਰ ਵੀਜ਼ਾ ਚਾਹੁੰਦੇ ਹੋ, ਮਲਟੀਪਲ ਵੀਜ਼ਾ ਚਾਹੁੰਦੇ ਹੋ, ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਕੈਨੇਡਾ 10 ਸਾਲਾਂ ਮਲਟੀਪਲ ਵੀਜ਼ਾ ਮਿਲਦਾ ਨਹੀਂ ਹੈ। ਵੀਜ਼ਾ ਜ਼ਰੂਰ ਮਿਲਦੇ ਆ ਤੁਹਾਡੇ ਪ੍ਰੋਫਾਈਲ, ਤੁਸੀਂ ਕੀ ਕੰਮ ਕਰਦੇ ਹੋ, ਤੁਸੀਂ ਕਿਉਂ
ਪਰ ਵੀਜ਼ਾ ਸ਼ਾਇਦ ਨਾਲ ਵਾਕਿਤ ਹੀ ਪਾਉਣ। ਸੋ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰੋ ਜਿਹੜਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇ। ਅੱਜ ਭਾਵੇਂ ਪੰਜਾਬ ਸਰਕਾਰ ਨੇ ਇਸ ਪ੍ਰੋਫੈਸ਼ਨ ਨੂੰ ਰੈਗੂਲੇਟ ਕਰ ਦਿੱਤਾ ਹੈ, ਇੱਕ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ, ਇੱਕ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ, ਇੱਕ ਲਾਇਸੈਂਸ ਦਿੱਤਾ ਜਾਂਦਾ ਹੈ ਏਜੰਟਸ ਨੂੰ। ਪਰ ਹਾਲੇ ਵੀ ਬਹੁਤ ਸਾਰੇ ਇਹੋ ਜਿਹੇ ਏਜੰਟਸ ਆ ਜਿਹੜੇ ਬਿਨਾਂ ਲਾਇਸੈਂਸ ਤੋਂ ਪੰਜਾਬ 'ਚ ਕੰਮ ਕਰ ਰਹੇ। ਘੱਟੋ ਘੱਟ ਉਹਨਾਂ ਏਜੰਟਸ ਕੋਲੋਂ ਜਾ ਕੇ ਕੰਮ ਨਾ ਕਰੋ ਜਿਨ੍ਹਾਂ ਕੋਲੋਂ ਖੁਦ ਲਾਇਸੈਂਸ ਨਹੀਂ ਹੈ, ਜਿਹੜੇ ਸਰਕਾਰ ਦੇ ਨਾਲ ਰਜਿਸਟਰਡ ਨਹੀਂ ਹੈਗੇ, ਉਹਨਾਂ ਏਜੰਟਸ ਵੱਲ ਨਾ ਜਾਓ ਔਰ ਇੱਕ ਮਾਨਤਾ ਪ੍ਰਾਪਤ ਕੰਸਲਟੈਂਟ ਕੋਲੋਂ ਹੀ ਜਾ ਕੇ ਜਿਹੜਾ ਆਪਣਾ ਵੀਜ਼ਾ ਅਪਲਾਈ ਕਰੋ। I2A ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਇਹ ਪੰਜਾਬ ਸਰਕਾਰ ਦੇ ਨਾਲ ਰਜਿਸਟਰਡ ਨੇ, ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਨੇ ਔਰ ਹਰ ਇੱਕ ਏਜੰਟ ਜਿਹੜਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਊਗਾ ਜਾਂ ਕਿਸੇ ਵੀ ਸਰਕਾਰ ਦੇ ਕੋਲ ਉਹਨੂੰ ਲਾਇਸੈਂਸ ਮਿਲਿਆ ਹੋਊਗਾ, ਕਿਤੇ ਨਾ ਕਿਤੇ ਤੁਹਾਡੀ ਫਾਈਲ ਅੰਬੈਸੀ 'ਚ ਭੇਜਣ ਲੱਗਿਆ, ਜ਼ਰੂਰ ਉਹਦੇ ਦਿਮਾਗ ਦੇ ਉਹਦੇ ਜ਼ਹਿਨ ਦੇ ਵਿੱਚ ਉਹਦੇ ਸਿਰ ਦੇ ਉੱਤੇ ਇੱਕ ਡਰ ਜ਼ਰੂਰ ਹੋਊਗਾ ਕਿ ਤੁਹਾਡੀ ਫਾਈਲ ਦੇ ਨਾਲ ਕੋਈ ਖਿਲਵਾੜ ਨਹੀਂ ਕਰਨਾ। ਜਿਹੜਾ ਕਿਸੇ ਸਰਕਾਰ ਦੇ ਨਾਲ ਰਜਿਸਟਰਡ ਨਹੀਂ ਹੈ ਉਹ ਹਰ ਚੰਗਾ ਮਾੜਾ ਪੇਪਰ ਤੁਹਾਡੀ ਫਾਈਲ ਦੇ ਵਿੱਚ ਲਾਊਗਾ ਔਰ ਤੁਹਾਡਾ ਕੇਸ ਖਰਾਬ ਕਰੂਗਾ। ਅੱਜ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਤੁਸੀਂ ਬਠਿੰਡਾ ਆਫਿਸ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ, ਤੁਸੀਂ ਜਲੰਧਰ ਆਫਿਸ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ, ਤੁਸੀਂ ਚੰਡੀਗੜ੍ਹ ਆਫਿਸ ਇਹਨਾਂ ਦੇ ਵਿਜ਼ਿਟ ਕਰ ਸਕਦੇ ਹੋ, ਤੁਸੀਂ ਲੁਧਿਆਣਾ ਆਫਿਸ ਇਹਨਾਂ ਦੇ ਵਿਜ਼ਿਟ ਕਰ ਸਕਦੇ ਹੋ, ਹੈੱਡ ਆਫਿਸ ਜਲੰਧਰ ਹੈ, ਇਸ ਤੋਂ ਇਲਾਵਾ ਬ੍ਰਾਂਚਿਸ ਜਿਹੜੀਆਂ ਨੇ ਬਠਿੰਡਾ, ਲੁਧਿਆਣਾ ਅਤੇ ਚੰਡੀਗੜ੍ਹ, ਤੁਸੀਂ ਇਹਨਾਂ ਦਫ਼ਤਰਾਂ ਵਿੱਚ ਜਾ ਕੇ ਆਪਣੇ ਕੇਸਿਸ ਅਪਲਾਈ ਕਰ ਸਕਦੇ ਹੋ ਜੇਕਰ ਟੂਰਿਸਟ ਜਾਂ ਵਿਜ਼ਿਟਰ ਵੀਜ਼ਾ 'ਤੇ ਤੁਸੀਂ ਕਨੇਡਾ ਜਾਂ ਹੋਰਨਾਂ ਮੁਲਕਾਂ 'ਤੇ ਜਾਣਾ ਚਾਹੁੰਦੇ ਹੋ। ਸੋ ਇਸ਼ਪ੍ਰੀਤ ਜੀ, ਕੀ ਸਿਰਫ ਜਦੋਂ ਅਸੀਂ ਟੂਰਿਸਟ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਇਹ ਸੁਣਨ ਨੂੰ ਮਿਲਦਾ ਕਿ ਹੋਟਲ ਬੁਕਿੰਗ 'ਤੇ ਚਲੇ ਜਾਓ ਜੀ? ਸੋ ਕੀ ਹੋਟਲ ਬੁਕਿੰਗ ਹੀ ਇੱਕ ਜਿਹੜਾ ਹੈ ਇਕਲੌਤਾ ਤਰੀਕਾ ਹੈ ਬਾਹਰ ਜਾਣ ਦਾ? ਕਿਉਂਕਿ ਦੂਜਾ ਤਰੀਕਾ ਰਾਹਦਾਰੀ ਮੰਗਵਾਉਣ ਦਾ, ਉਤੋਂ ਇਨਵੀਟੇਸ਼ਨ ਮੰਗਵਾਉਣ ਦਾ, ਉਤੋਂ ਸਪੋਂਸਰਸ਼ਿਪ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਹਰ ਇੱਕ ਦਾ ਰਿਸ਼ਤੇਦਾਰ ਕੋਈ ਬਾਹਰ ਤਾਂ ਰਹਿੰਦਾ ਨਹੀਂ, ਹਰ ਇੱਕ ਸਪੋਂਸਰਸ਼ਿਪ ਹੁੰਦੀ ਨਹੀਂ। ਸੋ ਜਿਹਦੇ ਕੋਲ ਸਪੋਂਸਰਸ਼ਿਪ ਨਹੀਂ ਹੈਗੀ, ਕੀ ਸਿਰਫ ਉਹਦੇ ਲਈ ਹੋਟਲ ਬੁਕਿੰਗ ਹੀ ਰਸਤਾ? ਦੇਖੋ ਮਨੀ ਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ ਕਿ ਸਿਰਫ ਇੱਕੋ ਹੀ ਤਰੀਕਾ ਹੈਗਾ ਬਾਹਰ ਹੋਟਲ ਬੁਕਿੰਗ 'ਤੇ ਜਾਣ ਦਾ। ਦੇਖੋ, ਸਭ ਤੋਂ ਜਿਹੜਾ ਮੇਨ ਚੀਜ਼ ਹੁੰਦੀ ਹੈ, ਜਿਹੜਾ ਮੇਨ ਪਾਰਟ ਹੈ, ਤੁਹਾਡੀ ਪ੍ਰੋਫਾਈਲ ਦੇਖੀ ਜਾਂਦੀ ਹੈ, ਤੁਹਾਡੀ ਪ੍ਰੋਫਾਈਲ ਦੇ ਕਿੱਦਾਂ ਦੀ ਪ੍ਰੋਫਾਈਲ ਹੈ, ਇਹਦੇ ਲਈ ਕੀ ਸੂਟ ਬੈਠੇਗਾ। ਕਿਉਂਕਿ ਆਪਾਂ ਅਗਰ ਟੂਰਿਸਟ ਵੀਜ਼ਾ ਦੀ ਗੱਲ ਕਰਦੇ ਹਾਂ, ਟੂਰਿਸਟ ਵੀਜ਼ਾ ਨੂੰ ਵੀ ਅਪਲਾਈ ਕਰਨ ਦੀਆਂ ਕਾਫੀ ਕੈਟਾਗਰੀਜ਼ ਆ ਜਾਂਦੀਆਂ ਹੈਗੀਆਂ। ਅਗਰ ਆਪਾਂ ਨੋਰਮਲ ਪ੍ਰੋਫਾਈਲ ਦੀ ਗੱਲ ਕਰਦੇ ਹੈਗੇ ਹਾਂ, ਜਿਹਦਾ ਇੱਕ ਅੱਛਾ ਇਨਕਮ ਸੋਰਸ, ਮਤਲਬ ਨੋਰਮਲ ਜਿਹਾ ਇਨਕਮ ਸੋਰਸ ਹੈਗਾ, ਉਹਦੇ ਕੋਲ ਕੋਈ ਅੱਛਾ ਬੈਂਕ ਬੈਲੈਂਸ ਨਹੀਂ ਹੈਗਾ ਜਾਂ ਜੋਬ ਨਹੀਂ ਹੈ, ਕੋਈ ਪ੍ਰੋਪਰਟੀਜ਼ ਵਗੈਰਾ, ਮਤਲਬ ਇੱਕ ਨੋਰਮਲ ਜੀ ਮਿਡਲ ਕਲਾਸ ਫੈਮਿਲੀ ਫਾਈਲ ਹੈਗੀ ਹੈ, ਅਗਰ ਆਪਾਂ ਉਹਨੂੰ ਸਿੰਪਲ ਆਪਾਂ ਕਹਾਂਗੇ ਉਹ ਬੰਦੇ ਨੇ ਘੁੰਮਣ ਫਿਰਨ ਜਾਣਾ ਹੈ, ਜਾਂ ਉਹਨੂੰ ਆਪਾਂ ਸਿਰਫ ਹੋਟਲ ਬੁਕਿੰਗ 'ਤੇ ਕੇਸ ਲਗਾ ਦਾਂਗੇ ਕਿ ਆਹ ਦੇਖੋ ਮੈਂ ਕੈਨੇਡਾ ਜਾਣਾ ਚਾਹੁੰਦਾ ਅਤੇ ਆਹ 5-star ਦੇ ਜਾਂ 4-star ਦੇ ਵਿੱਚ ਮੇਰਾ ਹੋਟਲ ਬੁੱਕ ਹੈਗਾ ਅਤੇ ਮੈਂ ਘੁੰਮਣ ਜਾਣਾ ਅਤੇ ਮੈਨੂੰ ਵੀਜ਼ਾ ਦੇ ਦਿਉ। ਦੇਖੋ, ਉਹਦੇ ਵਿੱਚ ਬਹੁਤ ਹੀ ਘੱਟ ਚਾਂਸ ਹੈ ਕਿ ਵੀਜ਼ਾ ਲੱਗੇਗਾ, ਕਿਉਂਕਿ ਇਹਦੇ ਵਿੱਚ ਬਿਲਕੁਲ ਵੀ ਅੰਬੈਸੀ ਨੂੰ ਜੈਨੂਅਨ ਲੱਗਦੇ ਨਹੀਂ ਕਿ ਇੱਕ ਨੋਰਮਲ ਜਿਹਾ ਬੰਦਾ ਕਮਾਉਣ ਵਾਲਾ ਕੈਨੇਡਾ ਘੁੰਮਣ ਜਾਣ ਦੇ ਲਈ ਇਹ ਗੱਲ ਇਹ ਜੈਨੂਅਨ ਹੈਗੀ ਹੈ ਕਿ ਨਹੀਂ ਹੈਗੀ। ਫਿਰ ਸੈਕਿੰਡ, ਦੇਖੋ ਨਾ ਉਹਦੇ ਕੋਲ ਕੋਈ ਸਪੋਂਸਰਸ਼ਿਪ ਹੁੰਦੀ ਹੈ, ਫਿਰ ਅਗਰ ਕਈ ਵਾਰ ਇੱਕ ਅੱਧੀ ਵਾਰ ਅਗਰ ਕੇਸ ਰਿਫਿਊਜ਼ ਵੀ ਹੋ ਚੁੱਕਾ, ਫਿਰ ਉਹ ਥੋੜ੍ਹੀ ਜਿਹੀ ਪ੍ਰੋਫਾਈਲ ਜਿਹੜੀ ਹੈ ਉਹ ਵੀਕ ਹੋ ਜਾਂਦੀ ਹੈ। ਇਸ ਪ੍ਰੋਫਾਈਲ, ਇਸ ਕੈਟਾਗਰੀ ਨੂੰ ਅਗਰ ਆਪਾਂ ਸਿੰਪਲ ਹੋਟਲ ਬੁਕਿੰਗ 'ਤੇ ਲਾਵਾਂਗੇ ਤਾਂ ਕੇਸ ਰਿਜੈਕਟ ਹੋਣ ਦੇ ਬਹੁਤ ਚਾਂਸ ਹੈਗੇ ਨੇ। ਅਤੇ ਇਸੇ ਲਈ ਅਗਰ ਆਪਾਂ ਅਗਰ ਗੱਲ ਕਰੀਏ ਐਸੀ ਪ੍ਰੋਫਾਈਲਾਂ ਦੇ ਲਈ, ਇੰਡੀਆ ਟੂ ਅਬਰੋਡ ਪਿਛਲੇ 4 ਸਾਲਾਂ ਤੋਂ ਇਨਵੀਟੇਸ਼ਨ ਨੂੰ ਲੈ ਕੇ ਆਇਆ ਸੀਗਾ। ਇਨਵੀਟੇਸ਼ਨ ਤੋਂ ਮੇਰਾ ਮਤਲਬ ਹੈਗਾ ਕਿ ਜਦੋਂ ਅਗਰ ਆਪਾਂ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ, ਚਾਹੇ ਇੰਡੀਆ ਗੱਲ ਕਰ ਲਈਏ ਚਾਹੇ ਬਾਹਰ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ, ਹਰ ਕੰਟਰੀ ਦੇ ਵਿੱਚ ਇੱਕ ਇਵੈਂਟਸ ਹੁੰਦੇ ਰਹਿੰਦੇ ਨੇ। ਇਵੈਂਟਸ ਤੋਂ ਮਤਲਬ ਜਿਵੇਂ ਵੀ ਤੁਹਾਡਾ ਜੋ ਵੀ ਕੰਮ ਕਾਰ ਆ ਉਹਦੇ ਰਿਲੇਟਡ ਉੱਥੇ ਕਾਨਫਰੰਸ, ਇਵੈਂਟਸ, ਟ੍ਰੇਡ ਸ਼ੋ, ਇੱਦਾਂ ਦੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੈਗੀਆਂ। ਅਗਰ ਤੁਸੀਂ ਐਗਰੀਕਲਚਰ ਨੂੰ ਰਿਲੇਟਿਡ ਹੋ ਤਾਂ ਐਗਰੀਕਲਚਰ ਫਾਰਮ ਸ਼ੋ ਹੁੰਦੇ ਰਹਿੰਦੇ ਨੇ, ਡੇਅਰੀ ਫਾਰਮ ਸ਼ੋ ਹੁੰਦੇ ਰਹਿੰਦੇ ਨੇ। ਅਗਰ ਤੁਸੀਂ ਇੰਜੀਨੀਅਰਿੰਗ ਜਾਂ ਤੁਸੀਂ ਟੈਕਨੀਕਲ ਜਾਂ ਤੁਸੀਂ ਡਾਕਟਰਸ ਜਾਂ ਕਿਸੇ ਵੀ ਫੀਲਡ ਦੇ ਨਾਲ ਰਿਲੇਟਿਡ ਹੈਗੇ ਹੋ, ਹਰ ਟ੍ਰੇਡ ਦੇ ਉੱਤੇ ਇਵੈਂਟਸ ਸ਼ੋ ਹੁੰਦੇ ਰਹਿੰਦੇ ਨੇ। ਇੰਡੀਆ ਟੂ ਅਬਰੋਡ ਦੇ ਡਾਇਰੈਕਟ ਆਈ ਐਪ ਹੈਗੇ ਨੇ ਉੱਥੇ ਔਰਗਨਾਈਜ਼ਰ ਨਾਲ, ਜਿਹਦੇ ਨਾਲ ਤੁਸੀਂ ਉੱਥੇ ਇਵੈਂਟਸ, ਹੋਰ ਇਵੈਂਟਸ ਦੀ ਈਜ਼ੀਲੀ ਇਨਵੀਟੇਸ਼ਨ ਮੰਗਾ ਸਕਦੇ ਹੋ, ਟਿਕਟ ਮੰਗਾ ਕੇ ਤੁਹਾਨੂੰ ਦਿੱਤੀ ਜਾਂਦੀ ਹੈ। ਫਿਰ ਜਦੋਂ ਇਹ ਬੇਸ ਨੂੰ ਬਣਾ ਕੇ ਤੁਹਾਡੀ ਫਾਈਲ ਦੇ ਵਿੱਚ ਲਗਾਇਆ ਜਾਂਦਾ, ਤੁਹਾਡਾ ਬਾਹਰ ਜਾਣ ਦਾ ਪਰਪਸ ਜਿਹੜਾ ਉਹ ਸਿੱਧਾ ਸਿੱਧਾ ਕਲੀਅਰ ਹੋ ਜਾਂਦਾ। ਜਿਹੜਾ ਇੱਕ ਘੁੰਮਣ ਫਿਰਨ ਰਹਿ ਜਾਂਦਾ ਉਹ ਪਰਪਸ ਨਹੀਂ ਰਹਿੰਦਾ ਕਿ ਮੈਂ ਉੱਥੇ ਬਾਹਰ ਜਾ ਕੇ ਘੁੰਮਣ ਫਿਰਨ ਲਈ ਜਾਣਾ ਚਾਹੁੰਦਾ, ਉੱਥੇ ਪਰਪਸ ਆ ਜਾਂਦਾ ਕਿ ਮੈਂ ਆਪਣੇ ਕੰਮ ਕਾਰ ਨੂੰ ਅੱਗੇ ਵਧਾਉਣ ਲਈ, ਨਵੀਂ ਟੈਕਨੀਕ ਸਿੱਖਣ ਦੇ ਲਈ ਮੈਂ ਬਾਹਰ ਤੁਹਾਡੀ ਕੰਟਰੀ ਦੇ ਵਿੱਚ ਵਿਜ਼ਿਟ ਕਰਨਾ ਚਾਹੁੰਦਾ, ਫਿਰ ਮੈਂ ਉਹ ਸਿੱਖ ਕੇ ਉਹ ਇਵੈਂਟ ਅਟੈਂਡ ਕਰਕੇ ਮੈਂ ਵਾਪਸ ਆਪਣੀ ਕੰਟਰੀ ਆਊਂਗਾ, ਜਿਹਦੇ ਨਾਲ ਮੈਂ ਆਪਣੇ ਕੰਮ ਕਾਰ ਦੇ ਵਿੱਚ ਵਧਾਊਂਗਾ, ਉਹ 'ਚ ਵਾਧਾ ਹੋਏਗਾ ਮੇਰਾ। ਜਦੋਂ ਇਹ ਰੀਜ਼ਨ ਅੰਬੈਸੀ ਦੇ ਵਿੱਚ ਜਾਂਦਾ ਤਾਂ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਵੀਜ਼ਾ ਦੇ ਚਾਂਸਿਸ ਵੱਧ ਜਾਂਦੇ ਨੇ। ਅਤੇ ਪਿਛਲੇ 5 ਸਾਲ ਤੋਂ ਅਸੀਂ ਇਸੇ ਕੈਟਾਗਰੀ 'ਚ, ਮਤਲਬ ਸਿਰਫ ਇਸੇ ਕੈਟਾਗਰੀ ਜਿਹੜੀ ਇੱਦਾਂ ਦੀ ਪ੍ਰੋਫਾਈਲ ਹੁੰਦੀ ਹੈ, ਇਸੇ ਇਨਵੀਟੇਸ਼ਨ ਦੇ ਆਧਾਰ 'ਤੇ ਫਾਈਲਾਂ ਲਗਾਈਆਂ ਅਤੇ ਬੜੇ ਵੀਜ਼ੇ ਹਾਸਲ ਕੀਤੇ ਨੇ।
ਤੇ ਇਸੇ ਤਰ੍ਹਾਂ ਚੱਲਦੇ ਹੋਏ ਲੋਕ ਡਿਮਾਂਡਸ ਤੇ ਅਸੀਂ ਆਪਣੀਆਂ 4 ਬ੍ਰਾਂਚਾਂ ਵੀ ਓਪਨ ਕੀਤੀਆਂ। ਇੱਕ ਸਾਡੀ ਬ੍ਰਾਂਚ ਹੈਗੀ ਹੈ ਲੁਧਿਆਣਾ, ਇੱਕ ਚੰਡੀਗੜ੍ਹ, ਇੱਕ ਬਠਿੰਡਾ। ਜਿਹੜੀ ਵੀ ਬ੍ਰਾਂਚ ਤੁਹਾਨੂੰ ਨੀਅਰ ਪੈਂਦੀ ਤੁਸੀਂ ਉੱਥੇ ਜਾ ਕੇ ਆਪਣੀ ਪ੍ਰੋਫਾਈਲ ਦੇ ਆਧਾਰ ਤੇ ਪ੍ਰੋਪਰ ਡਿਸਕਸ਼ਨ ਕਰ ਸਕਦੇ ਹੋ ਜਾ ਕੇ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਤੁਹਾਨੂੰ ਕਿਹੜੀ ਗੱਲ ਸਹੀ ਲੱਗਦੀ ਹੈ ਕਿਹੜੀ ਨਹੀਂ ਸਹੀ ਲੱਗਦੀ। ਜੀ, ਸੋ ਇਨਵੀਟੇਸ਼ਨ ਨੂੰ ਲੈ ਕੇ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਏਜੰਟਸ ਆਪਣੇ ਇਸ਼ਤਿਹਾਰ ਦਿੰਦੇ ਨੇ, ਕੋਈ ਅਖਬਾਰਾਂ ਦੇ ਵਿੱਚ, ਕੋਈ ਸੋਸ਼ਲ ਮੀਡੀਆ 'ਤੇ, ਤੇ ਕੋਈ ਟੀਵੀ 'ਤੇ, ਕਿ ਇਨਵੀਟੇਸ਼ਨ ਦੇ ਤੌਰ 'ਤੇ ਜਾਓ, ਇਨਵੀਟੇਸ਼ਨ ਦੇ ਤੌਰ 'ਤੇ ਜਾਓ। ਪਰ ਕਈ ਵਾਰ ਜਦੋਂ ਉਹਨਾਂ ਦੀ ਸਾਈਟਸ 'ਤੇ, ਜਿਹੜੀ ਸੋਸ਼ਲ ਮੀਡੀਆ ਸਾਈਟਸ 'ਤੇ ਜਾ ਕੇ ਨਤੀਜੇ ਰਿਜ਼ਲਟਸ ਵੇਖਣ ਦਾ ਟਾਈਮ ਮਿਲਦਾ ਹੈ ਤਾਂ ਬਹੁਤੇ ਵੱਡੇ ਸਾਰਥ ਨਤੀਜੇ ਸਾਹਮਣੇ ਆਉਂਦੇ ਨੇ, ਦਿਖਦਾ ਨਹੀਂ ਕਿ ਵੀਜ਼ੇ ਲੱਗੇ। ਪਰ ਇੰਡੀਆ ਟੂ ਅਬਰੋਡ ਪਾਇਨੀਅਰ ਹੈ, ਇੰਡੀਆ ਟੂ ਅਬਰੋਡ ਨੇ ਸ਼ੁਰੂ ਕੀਤਾ ਸੀ ਜਿਹੜਾ ਇਹ ਆਪਣਾ ਇਨਵੀਟੇਸ਼ਨ ਦੇ ਆਧਾਰ 'ਤੇ ਵੀਜ਼ਾ ਲਾਉਣਾ। ਸੋ ਦੇਖੀ ਦੇਖੀ ਬਹੁਤ ਸਾਰੇ ਕੰਸਲਟੈਂਟਸ ਨੇ ਪਿੱਛੇ ਭੇਡ ਚਾਲ ਕੀਤੀ ਔਰ ਵੀਜ਼ੇ ਜਿਹੜੇ ਆ ਉਹ ਕਹਿਣ ਲੱਗ ਪਏ ਕਿ ਹੁਣ ਇਨਵੀਟੇਸ਼ਨ 'ਤੇ ਜਾਓ, ਇਨਵੀਟੇਸ਼ਨ 'ਤੇ ਜਾਓ, ਇਨਵੀਟੇਸ਼ਨ, ਬਟ ਰਿਜ਼ਲਟ ਵੇਖਣ ਨੂੰ ਨਹੀਂ ਮਿਲੇ। ਸੋ ਕੀ ਵਾਕਿਆ ਦੇ ਵਿੱਚ ਰਿਜ਼ਲਟ ਨਹੀਂ ਆ ਰਹੇ, ਜਾਂ ਰਿਜ਼ਲਟ ਆ ਰਹੇ ਆ ਬਟ ਉਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ, ਔਰ ਇੰਡੀਆ ਟੂ ਅਬਰੋਡ ਜਿਹੜਾ ਹੈ ਉਹਨੇ ਸ਼ੁਰੂ ਕੀਤਾ ਔਰ ਉਹਨੂੰ ਪਤਾ ਵੀਜ਼ਾ ਕਿਵੇਂ ਲੈਣੇ ਆ? ਦੇਖੋ ਮਨੀਸ਼ ਜੀ, ਇਹ ਤਾਂ ਸਾਫ਼ ਸਾਫ਼ ਕਲੀਅਰ ਹੈਗਾ, ਜਿਹੜਾ ਬੰਦਾ ਮਤਲਬ ਐਕਸਪੀਰੀਅੰਸ ਕੰਮ ਆਉਂਦਾ ਹੀ ਆਉਂਦਾ। ਅਗਰ ਗੱਲ ਕਰਾਂ ਕਿ ਇਹ ਪੰਜਾਬ ਦੇ ਵਿੱਚ ਇਹ ਚੀਜ਼ ਨਵੀਂ ਹੈ ਕਿ ਆਪਾਂ ਇਨਵੀਟੇਸ਼ਨ ਦੇ ਬੇਸ 'ਤੇ ਫਾਈਲ ਲਗਾਉਂਦੇ ਹਾਂ, ਲੇਕਿਨ ਅਗਰ ਆਪਾਂ ਦਿੱਲੀ, ਬੰਬੇ ਦੀ ਸਾਈਡ, ਉੱਧਰਲੀ ਸਾਈਡ ਚਲੇ ਜਾਂਦੇ ਹਾਂ, ਉੱਥੇ ਇਹ ਕਾਫ਼ੀ ਦੇਰ ਤੋਂ ਇੱਦਾਂ ਚੱਲਦਾ ਆ ਰਿਹਾ। ਪੰਜਾਬ 'ਚ ਸਟਾਰਟ ਕਰਨ ਵਾਲੇ ਅਸੀਂ ਹੈਗੇ ਹਾਂ। ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਨੋਰਮਲ, ਅਗਰ ਆਪਾਂ ਤੁਸੀਂ ਵੀ ਬੈਕ 'ਤੇ ਜਾ ਕੇ ਦੇਖੋ, ਪਿਛਲੇ 5-7 ਸਾਲ ਤੋਂ ਜ਼ਿਆਦਾ ਨਾ ਸਕਸੈਸ ਰੇਟ ਟੂਰਿਸਟ ਵੀਜ਼ਾ ਦੀ ਘਟਣੀ ਸ਼ੁਰੂ ਹੋ ਗਈ ਸੀ। ਅਮੈਰੀਕਾ, ਕੈਨੇਡਾ, ਸ਼ੈਨੇਗਨ ਦੀ ਗੱਲ ਕਰੀਏ, ਉਹਦਾ ਕਾਰਨ ਇਹੀ ਸੀਗਾ ਕਿ ਨੋਰਮਲ ਪ੍ਰੋਫਾਈਲ, ਉਹਨਾਂ ਨੇ ਪ੍ਰੋਫਾਈਲ ਦੇਖਣੀ ਨਹੀਂ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ। ਕਦੀ ਉਹਨੂੰ ਕਹਿ ਦੇਣਾ ਗਰਮੀ ਛੁੱਟੀਆਂ ਮਨਾਉਣ ਜਾਣਾ, ਕਦੀ ਉਹਨੂੰ ਕ੍ਰਿਸਮਸ ਨਿਊ ਈਅਰ 'ਤੇ ਭੇਜਤਾ, ਉਹਨੂੰ ਸਿੰਪਲ ਹੋਟਲ ਬੁੱਕ ਕਰਕੇ ਭੇਜਤਾ, ਅਤੇ ਫਿਰ ਕੀ ਹੁੰਦਾ ਸੀ, ਰਿਫਿਊਜ਼ਲਾਂ ਆਉਣ ਲੱਗ ਗਈਆਂ ਬਹੁਤ ਜ਼ਿਆਦਾ। ਅਤੇ ਜਦੋਂ ਇੰਡੀਆ ਟੂ ਅਬਰੋਡ ਨੇ ਇਸ ਕੇਸ 'ਤੇ ਪਹਿਲਾਂ ਆਪਾਂ ਸਟੱਡੀ ਕੀਤੀ, ਸਟੱਡੀ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਅੰਬੈਸੀ ਐਕਚੁਅਲ 'ਚ ਵੀਜ਼ਾ ਔਫਿਸਰ ਚਾਹੁੰਦਾ ਕੀ ਹੈ, ਉਹਨੂੰ ਸਾਡਾ ਬਾਹਰ ਜਾਣ ਦਾ ਰੀਜ਼ਨ ਨਹੀਂ ਕਲੀਅਰ ਹੋ ਪਾ ਰਿਹਾ। ਫਿਰ ਜਦੋਂ ਆਪਾਂ ਰੀਜ਼ਨ ਉਹਨਾਂ ਨੂੰ ਐਜ਼ ਅ ਇਨਵੀਟੇਸ਼ਨ ਮੰਗਾ ਕੇ ਦਿੱਤਾ, ਬਹੁਤ ਹੀ ਭਾਰੀ ਮਾਤਰਾ 'ਚ ਵੀਜ਼ੇ ਆਏ। ਫਿਰ ਦੇਖੋ ਦੇਖੀ ਹੋਰ ਕੰਪਨੀਆਂ ਨੇ ਉਹਨੂੰ ਐਂ ਲੱਗਿਆ ਕਿ ਸ਼ਾਇਦ ਅਸੀਂ ਵੀ ਇੱਦਾਂ ਕਰਾਂਗੇ ਅਤੇ ਸਾਨੂੰ, ਸਾਡੇ ਕੋਲ ਵੀ ਵੀਜ਼ੇ ਆ ਜਾਣਗੇ। ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਕੁਛ ਲੋਕ ਕਲਾਇੰਟਸ ਗਏ ਉੱਥੇ, ਲੇਕਿਨ ਗੱਲ ਇੱਦਾਂ ਹੈਗੀ ਕਿ ਜਿਹੜਾ ਬੰਦਾ ਅਗਰ ਕਿਸੇ ਚੀਜ਼ ਦੇ ਵਿੱਚ ਐਕਸਪਰਟ ਹੈ, ਉਹਨੂੰ ਐਕਸਪੀਰੀਅੰਸ ਹੈ, ਇੱਕ ਬੰਦਾ ਨਵਾਂ ਬੰਦਾ ਜਾ ਕੇ, ਉਹੀ ਗੱਲ ਹੋ ਗਈ ਕਿ ਮਤਲਬ ਮੈਂ ਨਹੀਂ ਕਹਿੰਦਾ ਹੋਟਲ ਬੁਕਿੰਗ 'ਤੇ ਵੀਜ਼ਾ ਨਹੀਂ ਆਉਂਦਾ, ਹੋਟਲ ਬੁਕਿੰਗ 'ਤੇ ਵੀਜ਼ਾ ਆਉਂਦਾ, ਬਟ ਪ੍ਰੋਫਾਈਲ ਮੈਟਰ ਕਰਦੀ ਹੈ। ਉੱਦਾਂ ਹੀ ਇਨਵੀਟੇਸ਼ਨ ਨੂੰ ਵੀ ਦੇਖਣਾ ਪੈਂਦਾ ਕਿ ਇਸ ਪ੍ਰੋਫਾਈਲ ਨੂੰ ਇਨਵੀਟੇਸ਼ਨ ਦੀ ਜ਼ਰੂਰਤ ਹੈ ਕਿ ਨਹੀਂ ਹੈ। ਫਿਰ ਉਹਨਾਂ ਨੇ ਕੀ ਕੀਤਾ, ਹਰ ਬੰਦੇ ਨੂੰ ਇੱਕੋ ਪਾਸੇ ਕਰਨਾ ਸ਼ੁਰੂ ਕਰਤਾ, ਜਿਹਦੇ ਨਾਲ ਕੀ ਹੋਇਆ, ਚੰਗੀ ਵਧੀਆ ਪ੍ਰੋਫਾਈਲਾਂ ਨੂੰ ਵੀ ਰਿਫਿਊਜ਼ਲਾਂ ਆ ਗਈਆਂ। ਫਿਰ ਜਦੋਂ ਅਸੀਂ ਆ ਕੇ ਦੇਖਿਆ, ਸਾਨੂੰ ਤਾਂ ਕਈ ਵਾਰ ਇਹ ਵੀ ਪਤਾ ਲੱਗਿਆ, ਦੂਸਰੇ ਕਲਾਇੰਟਸ ਨੇ ਆ ਕੇ ਦੱਸਿਆ ਕਿ ਉਹਨਾਂ ਨੇ ਇਨਵੀਟੇਸ਼ਨ ਲਗਾਇਆ ਹੀ ਨਹੀਂ, ਉਹਨਾਂ ਨੇ ਸਿਰਫ ਇੰਨਾ ਕਹਿਤਾ ਕਿ ਤੁਹਾਡਾ ਇਨਵੀਟੇਸ਼ਨ ਸੀ, ਡਾਇਰੈਕਟ ਅੰਬੈਸੀ 'ਚ ਭੇਜ ਚੁੱਕੇ ਹੋਏ ਹਾਂ, ਤੁਹਾਨੂੰ ਲੋੜ ਨਹੀਂ ਹੈਗੀ। ਮਤਲਬ ਇੰਨਾ ਜ਼ਿਆਦਾ ਮਿਸਗਾਈਡ ਕੀਤਾ, ਇੰਨਾ ਜ਼ਿਆਦਾ ਗੁੰਮਰਾਹ ਕੀਤਾ। ਅਤੇ ਹੁਣ ਬਟ ਗੱਲ ਇਹ ਹੈ ਕਿ ਕਲਾਇੰਟ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਐਕਸਪੀਰੀਅੰਸ ਜ਼ਰੂਰ ਉਹਦੇ ਮੈਟਰ ਕਰਦਾ। ਤੁਸੀਂ ਜਿਸ ਬੰਦੇ ਨੂੰ ਕਾਫ਼ੀ ਸਾਲ ਹੋ ਚੁੱਕੇ ਹੁੰਦੇ ਨੇ ਕੰਮ ਕਰਨ 'ਚ, ਪ੍ਰੈਫਰ ਤੁਸੀਂ ਹਮੇਸ਼ਾ ਉਸ ਨੂੰ ਹੀ ਕਰਨਾ ਚਾਹੀਦਾ ਸਾਨੂੰ। ਜੀ, ਸੋ ਇੱਕ ਚੀਜ਼ ਹੁਣ ਇਹ ਵੀ ਦੱਸ ਦਿਓ ਕਿ ਇੰਡੀਆ ਟੂ ਅਬਰੋਡ ਇਮੀਗ੍ਰੇਸ਼ਨ ਸਿਰਫ ਉਹਨਾਂ ਲੋਕਾਂ ਦੇ ਹੀ ਵੀਜ਼ੇ ਅਪਲਾਈ ਕਰਦਾ ਜਿਹੜੇ ਰਾਹਦਾਰੀ ਨਹੀਂ ਮੰਗਵਾ ਸਕਦੇ, ਜਿਨ੍ਹਾਂ ਦੀ ਇਨਵੀਟੇਸ਼ਨ ਤੁਸੀਂ ਅਰੇਂਜ ਕਰਦੇ ਹੋ, ਜਾਂ ਜਿਨ੍ਹਾਂ ਦੇ ਬੱਚੇ ਬਾਹਰ ਪੜ੍ਹਾਈ ਕਰਨ ਗਏ, ਉਹਨਾਂ ਦੇ ਪੇਰੈਂਟਸ ਅਗਰ ਜਾਣਾ ਚਾਹੁੰਦੇ ਨੇ ਬੱਚਿਆਂ ਨੂੰ ਕੈਨੇਡਾ ਮਿਲਣ ਲਈ, ਤਾਂ ਇੰਡੀਆ ਟੂ ਅਬਰੋਡ ਉਹਨਾਂ ਦੇ ਵੀ ਪੇਰੈਂਟਸ ਦੇ ਕੈਨੇਡਾ ਦੇ ਵੀਜ਼ੇ ਵੀ ਲਵਾ ਸਕਦਾ ਹੈ। ਬਿਲਕੁਲ ਸਰ, ਮੈਂ ਤੁਹਾਨੂੰ ਦੱਸਿਆ ਹੈਗਾ ਤਾਂ ਟੂਰਿਸਟ ਵੀਜ਼ਾ ਨਾ, ਹੋਰ ਬਸ ਇਹ ਹੈ ਕਿ ਉਹਨੂੰ ਅਪਲਾਈ ਕਰਨ ਦੀ ਕੈਟਾਗਰੀ ਚੇਂਜ ਹੋ ਜਾਂਦੀ, ਜਿਨ੍ਹਾਂ ਦੇ ਬੱਚੇ ਬਾਹਰ ਉੱਥੇ ਪੜ੍ਹਦੇ ਨੇ ਉਹ ਕਨਵੋਕੇਸ਼ਨ 'ਤੇ ਅਪਲਾਈ ਕਰ ਸਕਦੇ ਨੇ, ਨਹੀਂ ਤਾਂ ਸਭ ਵੈਸੇ ਵੀ ਅਗਰ ਪੇਰੈਂਟਸ ਚਾਹਣ, ਉਹਨਾਂ ਦਿਲ ਕਰਦਾ ਆਪਣੇ ਬੱਚੇ ਨੂੰ ਮਿਲਣ ਦਾ, ਬੱਚਾ ਆਪਣੇ ਪੇਰੈਂਟਸ ਨੂੰ ਇਨਵਾਈਟ ਕਰ ਸਕਦਾ, ਉਹਦਾ ਕੋਈ ਵੈਸੇ ਤਾਂ ਕੋਈ ਜ਼ਿਆਦਾ ਪ੍ਰੋਬਲਮ ਆਉਂਦੀ ਨਹੀਂ। ਵੀਜ਼ੇ ਦੇਖਣ 'ਚ ਹਮੇਸ਼ਾ ਆਇਆ ਇਹੀ ਆਇਆ ਕਿ ਸਕਸੈਸ ਰੇਟ ਵਧੀਆ ਹੀ ਰਹੀ ਹੈ, ਬਟ ਕਈ ਵਾਰ ਪ੍ਰੋਫਾਈਲ ਵੀ ਮੈਟਰ ਕਰਦੀ ਹੈ। ਹੁਣ ਅੰਬੈਸੀ ਹੈਗੀ ਹੈ, ਹੁਣ ਬਸ ਪੇਸ਼ ਕਰਨ ਦਾ ਤਰੀਕਾ ਆਉਣਾ ਚਾਹੀਦਾ, ਕਵਰਿੰਗ ਲੈਟਰ ਦੇ ਵਿੱਚ ਪ੍ਰੋਪਰ ਤੁਸੀਂ ਮੈਂਸ਼ਨ ਕਰਦੇ ਹੈਗੇ ਹੋ, ਅਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ ਟੂਰਿਸਟ ਵੀਜ਼ਾ ਦੇ ਵਿੱਚ ਵੀ ਜਾ ਸਕਦੇ ਹੋ, ਆਪਣਾ ਬੱਚਿਆਂ ਦੇ ਨੂੰ ਮਿਲਣ ਵੀ ਜਾ ਸਕਦੇ ਹੋ, ਜਾਂ ਖੁਦ ਵੀ ਤੁਸੀਂ ਆਪਣਾ ਫੈਮਿਲੀ ਨਾਲ ਟੂਰ ਪੈਕੇਜ ਵੀ ਕਰਕੇ ਲੈ ਸਕਦੇ ਹੋ। ਡਿਪੈਂਡ ਕਰੇਗਾ ਤੁਹਾਡੀ ਪ੍ਰੋਫਾਈਲ ਕਿੱਦਾਂ ਦੀ ਹੈ, ਅਸੀਂ ਤੁਹਾਡੀ ਪ੍ਰੋਫਾਈਲ ਦੇਖ ਕੇ ਤੁਹਾਨੂੰ ਦੱਸਾਂਗੇ ਤੁਹਾਨੂੰ ਕਿਸ ਤਰੀਕੇ ਨਾਲ ਵੀਜ਼ਾ ਮਿਲ ਸਕਦਾ। ਜੀ, ਸੋ ਬਹੁਤ ਸਾਰੇ ਲੋਕ ਜਿਹੜੇ ਨੇ ਆਲਰੇਡੀ ਰਿਫਿਊਜ਼ ਵੀ ਹੋਏ ਹੋਣਗੇ, ਜਿਹੜੇ ਸਾਨੂੰ ਇਸ ਵਾਰ ਦੇਖ ਰਹੇ ਆ, ਕੋਈ ਹੋਟਲ ਬੁਕਿੰਗ 'ਤੇ ਰਿਫਿਊਜ਼ ਹੋਇਆ, ਕੋਈ ਰਾਹਦਾਰੀ 'ਤੇ ਰਿਫਿਊਜ਼ ਹੋਇਆ, ਅਤੇ ਕੋਈ ਈਵੈਂਟ ਦਾ ਜਿਹੜਾ ਪਾਸ ਮੰਗਾਉਣ ਦੇ ਚੱਕਰ 'ਚ ਰਿਫਿਊਜ਼ ਹੋ ਗਿਆ। ਸੋ ਕੈਨੇਡਾ ਦਾ ਜਦੋਂ 10 ਸਾਲ ਮਲਟੀਪਲ ਵੀਜ਼ਾ ਅਪਲਾਈ ਕਰਦੇ ਆ, ਉਹਦੇ ਵਿੱਚ ਇਹ ਮੈਟਰ ਕਰਦਾ ਕਿ ਅਸੀਂ ਪਹਿਲਾਂ ਰਿਫਿਊਜ਼ ਹੈਗੇ ਹਾਂ ਜਾਂ ਨਹੀਂ ਹੈਗੇ, ਜਾਂ ਦੂਜੇ ਐਕਸ਼ਨ 'ਚ ਮੈਂ ਇਹ ਪੁੱਛਾਂ ਕਿ ਜੇਕਰ ਅਸੀਂ ਪਹਿਲਾਂ ਤੋਂ
ਐਟ ਪ੍ਰੈਜ਼ੈਂਟ ਅਸੀਂ ਸਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀਜ਼ਾ ਦਿੱਤਾ ਜਾਵੇ ਬਟ ਉੱਥੇ ਕਦੀ ਵੀ ਇਹ ਚੀਜ਼ ਨਹੀਂ ਲਿਖੀ ਹੁੰਦੀ ਕਿ ਤੁਸੀਂ ਦੁਬਾਰਾ ਅਪਲਾਈ ਨਾ ਕਰੋ ਜਾਂ ਦੁਬਾਰਾ ਤੁਹਾਨੂੰ ਕਦੀ ਵੀਜ਼ਾ ਮਿਲਣਾ ਨਹੀਂ ਹੈਗਾ ਸਿਰਫ ਧਿਆਨ 'ਚ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਕੋਈ ਫੇਕ ਡਾਕੂਮੈਂਟਾਂ 'ਤੇ ਜਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹੜੇ ਡਾਕੂਮੈਂਟਸ ਲਗਾ ਕੇ ਅਪਲਾਈ ਕੀਤਾ ਹੋਇਆ ਪਰ ਇੱਦਾਂ ਦਾ ਕੋਈ ਕੰਮ ਨਾ ਕੀਤਾ ਹੋਵੇ ਕਿ ਜਿਹਦੇ ਨਾਲ ਅੰਬੈਸੀ ਦੀ ਨਿਗਾਹ 'ਚ ਤੁਸੀਂ ਥੋੜ੍ਹੇ ਡਿਫਾਲਟਰ ਹੋ ਚੁੱਕੇ ਹੋਵੋ ਅਤੇ ਵੈਸੇ ਨੋਰਮਲ ਅਗਰ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਾ ਉਹ ਕਈ ਵਾਰ ਕੀ ਹੁੰਦਾ ਆਪਾਂ ਡਾਕੂਮੈਂਟਸ ਨੂੰ ਸਹੀ ਤਰ੍ਹਾਂ ਮੈਨੇਜ ਨਹੀਂ ਕਰ ਪਾਉਂਦੇ ਇੱਕ ਫਾਈਲ ਨੂੰ ਪੇਸ਼ ਕਰਨ ਦਾ ਵੀ ਇੱਕ ਢੰਗ ਹੁੰਦਾ ਉਸੇ ਨੂੰ ਵੀ ਐਕਸਪੀਰੀਅੰਸ ਕਹਿੰਦੇ ਨੇ ਉਸੇ ਨੂੰ ਵੀ ਤੁਹਾਡੀ ਨੌਲੇਜ ਕਹਿੰਦੇ ਨੇ ਉਹ ਵੀ ਇੱਕ ਮੈਟਰ ਕਰਦਾ ਕਈ ਵਾਰ ਤੁਹਾਡੀ ਫਾਈਲ ਪ੍ਰੋਪਰ ਤਰੀਕੇ ਨਾਲ ਪੇਸ਼ ਨਹੀਂ ਹੋ ਪਾਉਂਦੀ ਇਸ ਕਰਕੇ ਵੀ ਰਿਫਿਊਜ਼ਲ ਆ ਚੁੱਕੀ ਹੁੰਦੀ ਹੈ ਨੋਰਮਲ ਰਿਫਿਊਜ਼ਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੁਸੀਂ ਆ ਕੇ ਰਿਫਿਊਜ਼ਲ ਲੈਟਰ ਸਾਨੂੰ ਦਿਖਾ ਕੇ ਆਪਣਾ ਕੇਸ ਰੀਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ ਜੀ ਸੋ ਜਿਹੜੇ ਦਰਸ਼ਕ ਸਾਡੇ ਨਾਲ ਹੁਣੇ ਜੁੜੇ ਨੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਤੋਂ I2A ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਇਸ਼ਪ੍ਰੀਤ ਸਿੰਘ ਜੀ ਸਾਨੂੰ ਗੱਲਬਾਤ ਕਰ ਰਹੇ ਨੇ ਸਟੂਡੀਓ ਦੇ ਵਿੱਚ ਔਰ ਗੱਲ ਬੜੀ ਰਾਹੇਵੰਦ ਹੋ ਰਹੀ ਹੈ ਕਿਉਂਕਿ ਉਹ ਲੋਕ ਘੱਟੋ ਘੱਟ ਜ਼ਰੂਰ ਜਾਗਰੂਕ ਹੋ ਰਹੇ ਨੇ ਜਿਹੜੇ ਕੈਨੇਡਾ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਾਂ ਤਾਂ ਅਪਲਾਈ ਕਰਨਾ ਚਾਹੁੰਦੇ ਸੀ ਔਰ ਚੰਗੇ ਕੰਸਲਟੈਂਟ ਦੀ ਭਾਲ ਕਰ ਰਹੇ ਸੀ ਜਾਂ ਜਿਹੜੇ ਆਲਰੇਡੀ ਰਿਫਿਊਜ਼ ਹੋ ਚੁੱਕੇ ਆ ਹੁਣ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗ ਜੂਗਾ ਕਿ ਵੀਜ਼ਾ ਲੱਗਣਾ ਕਿਵੇਂ ਘਰੇ ਬੈਠੇ ਹੀ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ 9217-670-670 ਨੰਬਰ 'ਤੇ ਔਰ ਮੈਂ ਬਹੁਤ ਜ਼ਿਆਦਾ ਸ਼ੋਰ ਹਾਂ ਕਿ ਇਸ ਮੰਚ 'ਤੇ ਸ਼ਾਇਦ ਤੁਸੀਂ ਕਿਸੇ ਟੂਰਿਸਟ ਜਾਂ ਵਿਜ਼ਟਰ ਵੀਜ਼ਾ 'ਤੇ ਜਾਣ ਸੰਬੰਧੀ ਕੋਈ ਪਹਿਲਾਂ ਜਾਣਕਾਰੀ ਨਹੀਂ ਹਾਸਲ ਕੀਤੀ ਹੋਣੀ ਹਾਂ ਸਟੱਡੀ ਵੀਜ਼ਾ ਦੇ ਬਹੁਤ ਸ਼ੋਅ ਚੱਲਦੇ ਆ ਬਹੁਤ ਸਾਰੇ ਏਜੰਟਸ ਨੂੰ ਕੰਸਲਟੈਂਟ ਨੂੰ ਅਸੀਂ ਇਸ ਮੰਚ 'ਤੇ ਲੈ ਕੇ ਆਉਂਦੇ ਪਰ ਲੋਕਾਂ ਵੱਲੋਂ ਬਹੁਤ ਡਿਮਾਂਡ ਕੀਤੀ ਜਾ ਰਹੀ ਸੀ ਕਿ ਕੋਈ ਐਸਾ ਕੰਸਲਟੈਂਟ ਐਸਾ ਏਜੰਟ ਲਿਆਂਦਾ ਜਾਵੇ ਜਿਹੜਾ ਘੁੰਮਣ ਫਿਰਨ ਲਈ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਸੰਬੰਧੀ ਜਾਣਕਾਰੀ ਦੇਵੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੀ ਅੱਜ ਉਹ ਡਿਮਾਂਡ ਤੁਹਾਡੀ ਅੱਜ ਖੋਜ ਪੂਰੀ ਹੋਗੀ ਇੰਡੀਆ ਟੂ ਅਬਰਾਡ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹੋ 9217-670-670 ਨੰਬਰ 'ਤੇ ਸੋ ਇਸ ਵਿੱਚ ਇੱਕ ਚੀਜ਼ ਹੋਰ ਦੱਸੋ ਮੈਨੂੰ ਕਿ ਇਹ ਟੂਰਿਸਟ ਵਿਜ਼ਟਰ ਵੀਜ਼ਾ ਕੌਣ ਕੌਣ ਅਪਲਾਈ ਕਰ ਸਕਦਾ ਔਰ ਇਹਦੇ ਵਿੱਚ ਖਰਚਾ ਕਿੰਨਾ ਕੁ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਜਿਹੜਾ ਇਹ ਡਰ ਆ ਕਿਤੇ ਜਾਂ ਮਾਰਕੀਟ 'ਚ ਰੌਲਾ ਹੈ ਜਾਂ ਸੁਣੀ ਸੁਣਾਈ ਗੱਲ ਹੈ ਕਿ ਜੇ ਘੁੰਮਣ ਫਿਰਨ 'ਤੇ ਜਾਣਾ ਤਾਂ ਏਜੰਟ 2 ਲੱਖ ਰੁਪਏ ਲੈ ਲੈਂਦੇ ਕੋਈ 20 ਲੱਖ ਮੰਗਦਾ ਕੋਈ 15 ਲੱਖ ਮੰਗਦਾ ਕੋਈ 18 ਲੱਖ ਮੰਗਦਾ ਕੀ ਵਾਕਿਆ ਘੁੰਮਣ ਫਿਰਨ ਲਈ ਵੀ 2 ਲੱਖ ਰੁਪਏ ਚਾਹੀਦੇ ਦੇਖੋ ਮਨੀਸ਼ ਜੀ ਅਗਰ ਮੈਂ ਗੱਲ ਕਰਾਂ ਕਿ ਜਦੋਂ ਅਸੀਂ ਸਟਾਰਟਿੰਗ 'ਚ ਆਏ ਸੀ ਤਾਂ ਬੜਾ ਇਹ ਰੌਲਾ ਸੀਗਾ ਕਿ ਟੂਰਿਸਟ ਵੀਜ਼ਾ ਦਾ ਕੈਨੇਡਾ ਦਾ ਅਮੈਰੀਕਾ ਦਾ 20-20 ਲੱਖ 25-25 ਲੱਖ ਏਜੰਟ ਮੰਗਦੇ ਸੀਗੇ ਔਰ ਕਈ ਕਲਾਇੰਟ ਦਿੰਦੇ ਵੀ ਸੀਗੇ ਮੈਨੂੰ ਹੈਰਾਨਗੀ ਇਸ ਗੱਲ ਦੀ ਹੁੰਦੀ ਸੀ ਚਲੋ ਮੰਗਣ ਵਾਲਾ ਤਾਂ ਕੁਛ ਵੀ ਮੰਗੀ ਜਾਏ ਦਿੰਦੇ ਵੀ ਖੁਸ਼ੀ ਨਾਲ ਸੀਗੇ ਉਹ ਫਿਰ ਬੜਾ ਅਸੀਂ ਤੁਹਾਡੇ ਥਰੂ ਇਸ ਮੰਚ 'ਤੇ ਆਪਾਂ ਕਾਫੀ ਅਵੇਅਰ ਕੀਤਾ ਲੋਕਾਂ ਨੂੰ ਕਿ ਟੂਰਿਸਟ ਵੀਜ਼ਾ ਲੈਣ ਲਈ ਕੋਈ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਹੁੰਦੀ ਇੱਕ ਨੋਮੀਨਲ ਜੀ ਚਾਰਜਿਸ ਹੁੰਦੇ ਨੇ ਬੰਦੇ ਨੇ ਸਰਵਿਸ ਚਾਰਜ ਹੁੰਦੇ ਨੇ ਜੋ ਕੰਪਨੀ ਨੇ ਲੈਣੇ ਨੇ ਜਾਂ ਤੁਹਾਡੀ ਅੰਬੈਸੀ ਫੀਸ ਹੈਗੀ ਜਾਂ ਤੁਹਾਡੀ ਪ੍ਰੋਫਾਈਲ 'ਤੇ ਜੋ ਨੋਰਮਲ ਥੋੜ੍ਹਾ ਬਹੁਤ ਖਰਚਾ ਆਉਣਾ ਉਹ ਉਨਾ ਕੋਈ ਨੋਰਮਲ ਖਰਚਾ ਹਜ਼ਾਰਾਂ 'ਚ ਹੁੰਦਾ ਕੋਈ ਲੱਖਾਂ ਰੁਪਇਆ ਦੀ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਐਵੇਂ ਕਿਸੇ ਦੀ ਗੱਲਾਂ 'ਚ ਆਉਣਾ ਨਾ ਕੋਈ ਤੁਹਾਨੂੰ ਅਗਰ ਕੋਈ ਡਿਮਾਂਡ ਕਰਦਾ ਹੋਏ ਲੱਖਾਂ ਰੁਪਏ ਦੀ ਅਤੇ ਦੂਜਾ ਸਵਾਲ ਤੁਹਾਡਾ ਕੀ ਸੀਗਾ ਜੀ ਸਵਾਲ ਦੂਸਰਾ ਸੀ ਕਿ ਕੌਣ ਕੌਣ ਅਪਲਾਈ ਕਰ ਸਕਦਾ ਇਹਦੇ ਵਿੱਚ ਕੋਈ ਉਮਰ ਹੱਦ ਹੁੰਦੀ ਹੈ ਕਿ ਇੰਨੀ ਉਮਰ ਵਾਲਾ ਹੀ ਅਪਲਾਈ ਕਰ ਸਕਦਾ ਹੈ ਜਾਂ ਜਿਹੜਾ ਆਪਣੇ ਪੈਰਾਂ 'ਤੇ ਖੜਾ ਹੈ 4 ਪੈਸੇ ਕਮਾ ਰਿਹਾ ਉਹ ਹਰ ਇੱਕ ਸ਼ਖਸ ਅਪਲਾਈ ਕਰ ਸਕਦਾ ਹੈ ਦੇਖੋ ਡਿਪੈਂਡ ਕਰਦਾ ਹੈ ਕਿ ਬੰਦਾ ਕਿਸ ਬੇਸ 'ਤੇ ਫਾਈਲ ਲਗਾ ਰਿਹਾ ਅਗਰ ਮੈਂ ਉਹੀ ਗੱਲ ਆ ਗਈ ਨਾ ਅਗਰ ਆਪਾਂ ਟੂਰਿਸਟ ਵੀਜ਼ਾ ਦੇ ਵਿੱਚ ਵੀ ਅਲੱਗ ਅਲੱਗ ਕੈਟਾਗਰੀ ਹੁੰਦੀ ਅਪਲਾਈ ਕਰਨ ਦੀ ਅਗਰ ਆਪ ਸਿੰਪਲ ਹੋਟਲ ਬੁਕਿੰਗ 'ਤੇ ਅਪਲਾਈ ਕਰਾਂਗੇ ਉਹਦੇ ਵਿੱਚ ਤੁਹਾਡੀ ਇਨਕਮ ਸੋਰਸ ਦੇਖਿਆ ਜਾਏਗਾ ਤੁਹਾਡਾ ਬੈਂਕ ਬੈਲੈਂਸ ਦੇਖਿਆ ਜਾਏਗਾ ਹੋ ਸਕਦਾ ਤੁਹਾਡੀ ਟਰੈਵਲ ਹਿਸਟਰੀ ਵੀ ਦੇਖੀ ਜਾ ਸਕੇ ਡਿਪੈਂਡ ਅਪੋਨ ਅੰਬੈਸੀ ਲੇਕਿਨ ਅਗਰ ਆਪਾਂ ਨੋਰਮਲ ਪ੍ਰੋਫਾਈਲ ਦੀ ਗੱਲ ਕਰੀਏ ਅਗਰ ਆਪਾਂ ਇਨਵੀਟੇਸ਼ਨ ਮੰਗਾਉਂਦੇ ਹਾਂ ਤੁਹਾਡੇ ਕੰਮ ਕਾਰ ਦੇ ਰਿਲੇਟਿਡ ਉਹਦੇ ਵਿੱਚ ਤੁਸੀਂ ਨੋਰਮਲ ਜੀ ਪ੍ਰੋਫਾਈਲ ਹੈ ਤੁਸੀਂ ਸਿੰਗਲ ਵੀ ਅਪਲਾਈ ਕਰ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਅਗਰ ਤੁਸੀਂ ਫੈਮਿਲੀ ਨਾਲ ਜਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਇਹ ਵੀ ਮੈਂਸ਼ਨ ਹੋ ਜਾਂਦਾ ਕਿ ਤੁਸੀਂ ਆਪਣੇ ਕੰਮ ਲਈ ਜਾਣਾ ਚਾਹੁੰਦੇ ਹੋ ਲੇਕਿਨ ਬਟ ਤੁਸੀਂ ਚਾਹੁੰਦੇ ਹੋ ਕਿ ਮੇਰੀ ਵਾਈਫ ਵੀ ਮੇਰੇ ਨਾਲ ਜਾਵੇ ਜਾਂ ਮੇਰੇ ਬੱਚੇ ਵੀ ਮੇਰੇ ਨਾਲ ਜਾਣ ਚਲੋ ਮੈਂ ਇੰਜਾਇ ਹੀ ਰਿਹਾ ਅਤੇ ਮੈਂ ਆਪ ਵੀ ਘੁੰਮਾਵਾਂਗਾ ਫੈਮਿਲੀ ਨਾਲ ਥੋੜ੍ਹਾ ਬਹੁਤ ਘੁੰਮ ਵੀ ਆਊਂਗਾ ਇਹ ਤਾਂ ਹੈ ਨਹੀਂ ਕਿ ਤੁਸੀਂ ਟਿਕਟ ਖਰਚ ਕੇ ਸਿਰਫ 1 ਦਿਨ ਜਾਂ 2 ਦਿਨ ਦਾ ਇਵੈਂਟ ਅਟੈਂਡ ਕਰਨ ਜਾਓਗੇ ਤੁਸੀਂ ਹਫ਼ਤਾ 10 ਦਿਨ ਲਗਾਓਗੇ ਇਹ ਚੀਜ਼ ਅੰਬੈਸੀ ਸਮਝਦੀ ਹੈ ਅਤੇ ਤੁਸੀਂ ਆਪਣਾ ਫੈਮਿਲੀ ਨਾਲ ਵੀ ਅਪਲਾਈ ਕਰ ਸਕਦੇ ਇਹਦੇ ਵਿੱਚ ਤੁਹਾਡੇ ਜ਼ਿਆਦਾ ਫੰਡਸ ਦੀ ਰਿਕੁਆਇਰਮੈਂਟ ਵੀ ਨਹੀਂ ਰਹਿੰਦੀ ਨੋਮੀਨਲ ਜੇ ਤੁਹਾਡੇ ਫੰਡ ਚਾਹੀਦੇ ਨੇ ਜਿੰਨਾ ਕੁ ਤੁਸੀਂ ਉੱਥੇ ਖਰਚਾ ਕਰਨ ਜਾਣਾ ਹੈ ਖਰਚਾ ਤੁਹਾਡਾ ਹੋਣਾ ਉਸ ਤੋਂ ਡਬਲ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਕਿ ਤੁਸੀਂ ਵਾਪਸ ਆ ਕੇ ਆਪਣਾ ਸੇਫਲੀ ਲਾਈਫ ਨੂੰ ਇੰਜੋਏ ਕਰ ਸਕੋ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕਿੱਦਾਂ ਦੀ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਫਾਈਲ ਲਗਾਉਣ ਦੇ ਲਈ ਉਸ ਤੋਂ ਬਾਅਦ ਆਪਾਂ ਇਹ ਚੀਜ਼ ਹੋ ਕਲੀਅਰ ਹੁੰਦੀ ਕਿ ਤੁਸੀਂ ਸਿੰਗਲ ਫੈਮਿਲੀ ਨਾਲ ਜਾ ਸਕਦੇ ਹੋ ਸਿੰਗਲ ਜਾ ਸਕਦੇ ਹੋ ਜਾਂ ਘੱਟ ਉਮਰ 'ਚ ਜਾ ਸਕਦੇ ਹੋ ਜਾਂ ਜ਼ਿਆਦਾ ਉਮਰ 'ਚ ਜਾ ਸਕਦੇ ਹੋ ਇਹ ਸਾਰਾ ਕੁਝ ਡਿਪੈਂਡ ਕਰਦਾ ਤੁਹਾਡਾ ਬਾਹਰ ਜਾਣ ਦਾ ਕਾਰਨ ਕੀ ਹੈ ਜੀ ਸੋ ਬਾਹਰ ਜਾਣ ਦਾ ਇੱਕ ਕਾਰਨ ਜ਼ਰੂਰ ਹੋਣਾ ਚਾਹੀਦਾ ਔਰ ਵਾਪਸ ਆਉਣ ਦੀ ਖਿੱਚ ਕੀ ਹੈ ਪੰਜਾਬ ਦੀ ਉਹ ਵੀ ਹੋਣੀ ਚਾਹੀਦੀ ਹੈ ਕਿਸੇ ਵੀ ਦੇਸ਼ ਦੀ ਅੰਬੈਸੀ ਕਿਸੇ ਵੀ ਮੁਲਕ ਦੀ ਅੰਬੈਸੀ ਸਿਰਫ 2 ਗੱਲਾਂ 'ਤੇ
ਕਿਸੇ ਵੀ ਦੇਸ਼ ਦੇ ਮੁਲਕ ਦੀ ਅੰਬੈਸੀ ਇਹ ਨਹੀਂ ਚਾਹੁੰਦੀ ਕਿ ਤੁਸੀਂ ਉਹਦੇ ਦੇਸ਼ 'ਚ ਜਾ ਕੇ ਵੱਸ ਜਾਓ, ਉਸ ਦੇਸ਼ 'ਚ ਜਾ ਕੇ ਪੱਕੇ ਹੋ ਜਾਓ ਜੇਕਰ ਤੁਸੀਂ ਸਿਰਫ ਔਰ ਸਿਰਫ ਘੁੰਮਣ ਫਿਰਨ ਦੇ ਵੀਜ਼ੇ 'ਤੇ ਗਏ ਹੋ। ਬਹੁਤ ਸਾਰੇ ਸਾਡੇ ਲੋਕ, ਸਾਡੇ ਦਰਸ਼ਕ ਇਹੋ ਜਿਹੇ ਦੇਖ ਰਹੇ ਹੋਣਗੇ ਜਿਨ੍ਹਾਂ ਦਾ ਸਿਰਫ ਔਰ ਸਿਰਫ ਦਿਮਾਗ ਦੇ ਵਿੱਚ ਮਕਸਦ ਇਹੀ ਚੱਲਦਾ ਹੋਊਗਾ ਕਿ ਕਿਸੇ ਤਰ੍ਹਾਂ ਇੱਕ ਵਾਰੀ ਕੈਨੇਡਾ ਦੀ ਧਰਤੀ 'ਤੇ ਪੈਰ ਚਲਾ ਜਾਵੇ, ਇਹ ਕਿਹੜਾ ਮੁੜ ਕੇ ਆਉਣਾ। ਸੋ ਇਹੋ ਜਿਹੇ ਲੋਕਾਂ ਦੇ ਵੀਜ਼ੇ ਰਿਫਿਊਜ਼ ਹੁੰਦੇ ਆ। ਕਿਉਂ? ਕਿਉਂਕਿ ਤੁਹਾਡਾ ਜਾਣ ਦਾ ਰੀਜ਼ਨ ਕੋਈ ਨਹੀਂ ਹੁੰਦਾ। ਅਸੀਂ ਰੀਜ਼ਨ ਤਾਂ ਜ਼ਰੂਰ ਬਣਾ ਲਾਂਗੇ, ਚਲੋ ਇਨਵੀਟੇਸ਼ਨ ਮੰਗਵਾ ਲਾਂਗੇ, ਰਾਹਦਾਰੀ ਮੰਗਵਾ ਲਾਂਗੇ, ਕਿਸੇ ਭੈਣ ਭਰਾ ਚਾਚੇ ਤਾਏ ਦੇ ਮੁੰਡੇ ਦਾ ਜਨਮ ਦਿਨ ਆ ਗਿਆ, ਵਿਆਹ ਆ ਗਿਆ, ਇਨਵੀਟੇਸ਼ਨ ਤਾਂ ਮੰਗਾ ਲਿਆ, ਅਸੀਂ ਚੱਲ ਗਏ, ਤੁਸੀਂ ਵਾਪਸ ਇੰਡੀਆ ਕਿਉਂ ਪਰਤ ਕੇ ਆਓਗੇ? ਇਸ ਗੱਲ ਦਾ ਪ੍ਰਮਾਣ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਸਿਰਫ ਇੱਕ ਇਨਵੀਟੇਸ਼ਨ ਹੀ ਪ੍ਰਮਾਣ ਨਹੀਂ ਹੋਣਾ ਚਾਹੀਦਾ। ਵੀਜ਼ਾ ਅਫਸਰ ਅੰਬੈਸੀ ਇਹ ਵੇਖਦੀ ਹੈ ਕਿ ਜਿਹੜਾ ਬਾਹਰ ਘੁੰਮਣ ਚੱਲਿਆ ਉਹ ਇੰਡੀਆ ਕਿਉਂ ਆਊਗਾ। ਉਹ ਅਸੀਂ ਕਿੰਨਾ ਚੀਜ਼ਾਂ ਤੁਸੀਂ ਉਹਦੇ ਕਰ ਸਕਦੇ ਹਾਂ, ਤੁਹਾਡੀ ਜੌਬ ਤੋਂ, ਤੁਹਾਡੀ ਪ੍ਰੋਪਰਟੀ ਤੋਂ, ਤੁਹਾਡੀ ਫੈਮਿਲੀ ਟਾਈਜ਼ ਤੋਂ। ਬਹੁਤ ਸਾਰੇ ਲੋਕਾਂ ਦੇ ਵੀਜ਼ੇ ਰਿਫਿਊਜ਼ ਇਸੇ ਕਰਕੇ ਹੋਏ ਹੋਣਗੇ ਜਿਹਦੇ ਉੱਤੇ ਲਿਖਿਆ ਹੋਊਗਾ ਕਿ ਤੁਹਾਡੇ ਫੈਮਿਲੀ ਟਾਈਜ਼ ਸਾਨੂੰ ਕਲੀਅਰ ਨਹੀਂ ਹੋ ਰਹੇ। ਸੋ ਇਸਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਵੀਜ਼ਾ ਅਫਸਰ ਨੂੰ ਲੱਗਦਾ ਤੁਸੀਂ ਵਾਪਸ ਮੁੜ ਕੇ ਨਹੀਂ ਆਓਗੇ। ਸੋ ਇੱਕ ਛੋਟੀਆਂ ਛੋਟੀਆਂ ਗੱਲਾਂ ਹੈ, ਇਸ ਮੰਚ 'ਤੇ ਸਾਰੀ ਗੱਲਾਂ ਸ਼ੇਅਰ ਨਹੀਂ ਹੁੰਦੀਆਂ, ਪਰ ਇੱਕ ਐਕਸਪਰਟ ਨੂੰ ਤੁਹਾਡੇ ਸਾਹਮਣੇ ਤਾਂ ਹੀ ਲਿਆਉਂਦਾ ਕਿ ਇਹਨਾਂ ਦਫ਼ਤਰਾਂ 'ਚ ਜਾ ਕੇ ਤੁਸੀਂ ਜਾਣਕਾਰੀਆਂ ਹਾਸਲ ਕਰ ਸਕੋ। 9217-670 ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ, ਜਾ ਕੇ ਆਪਣੇ ਪ੍ਰੋਫਾਈਲ ਨੂੰ ਡਿਸਕਸ ਕਰ ਸਕਦੇ ਜੀ। ਸੋ ਨੰਬਰ ਅਸੀਂ ਵਾਰ ਵਾਰ ਕਿਉਂ ਅਨਾਊਂਸ ਕਰ ਰਹੇ ਹਾਂ ਕਿ ਘਰ ਬੈਠੇ ਤੁਸੀਂ ਜਾਣਕਾਰੀ ਲੈ ਸਕੋ ਕਿ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ। ਐਲੀਜੀਬਲ ਹੋ ਤਾਂ ਕਾਗਜ਼ ਲੈ ਕੇ ਇਮੀਗ੍ਰੇਸ਼ਨ ਦਫ਼ਤਰ ਪਹੁੰਚੋ, 9217-670-670 ਨੰਬਰ 'ਤੇ ਕਾਲ ਕਰਕੇ। ਫਿਲਹਾਲ ਇਜਾਜ਼ਤ ਚਾਹੁੰਦੇ ਹਾਂ। ਇਸ਼ਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਧੰਨਵਾਦ। ਮੈਂ ਸਤਨਾਮ ਸਿੰਘ, ਪਿੰਡ ਬੇਗਮਪੁਰ ਜੜਿਆਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ। ਮੇਰਾ ਇੰਡੀਆ ਅਬਰੋਡ ਵਾਲਿਆਂ ਤੋਂ ਫਾਈਲ ਲਗਵਾਈ ਸੀ, ਉਸ ਫਾਈਲ ਦੇ ਵਿੱਚ ਮੇਰਾ ਕੈਨੇਡਾ ਦਾ ਵੀਜ਼ਾ ਜਿਹੜਾ ਉਹ ਆ ਚੁੱਕਾ ਹੈ, ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਅਤੇ ਮੈਂ ਬਾਕੀਆਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਇੰਡੀਆ ਬਰੋਡ ਬੈਂਡ ਵਾਲਿਆਂ ਦੇ ਕੋਲ ਜਾ ਕੇ ਤੁਸੀਂ ਆਪਣਾ ਸੁਪਨਾ ਸਵੀਕਾਰ ਕਰੋ, ਅਤੇ ਬਹੁਤ ਘੱਟ ਪੈਸਿਆਂ ਦੇ ਵਿੱਚ ਹੀ ਜਿਹੜਾ ਵੀਜ਼ਾ ਜਿਹੜਾ ਹੈਗਾ ਆ ਉਹ ਲਾਇਆ ਜਾਂਦਾ। ਕੋਈ ਲੱਖਾਂ ਦੀ ਮਤਲਬ ਗੇਮ ਨਹੀਂ ਹੈਗੀ, ਇਹ ਹਜ਼ਾਰਾਂ ਦੇ ਵਿੱਚ ਹੀ ਜਿਹੜਾ ਹੈਗਾ ਸੁਪਨਾ ਸਵੀਕਾਰ ਹੋ ਜਾਂਦਾ ਆ। ਅਸੀਂ ਬਹੁਤ ਇੰਡੀਆ ਬਰੋਡਬੈਂਡ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਸੁਪਨੇ ਨੂੰ ਸਵੀਕਾਰ ਕੀਤਾ। ਮੈਂ ਨਿਰਮਲ ਕੌਰ, ਹੁਸ਼ਿਆਰਪੁਰ ਦੀ ਰਹਿਣ ਵਾਲੀ ਹਾਂ। ਤਾਂ ਮੇਰਾ ਮੈਂ ਇੰਡੀਆ ਬਰੋਡਬੈਂਡ ਵਾਲਿਆਂ ਕੋਲੋਂ ਆਪਣਾ ਵੀ ਫਾਈਲ ਲਗਵਾਈ ਸੀਗੀ, ਅਤੇ ਮੇਰਾ ਵੀਜ਼ਾ ਜਿਹੜਾ ਆ ਉਹਨਾਂ ਨੇ ਲਗਵਾ ਦਿੱਤਾ ਆ, ਵੀਜ਼ਾ ਮੇਰੇ ਹੱਥ ਵਿੱਚ ਆ, ਅਤੇ ਮੈਂ ਉਹਨਾਂ ਦਾ ਬਹੁਤ ਥੈਂਕਸ। ਮੇਰਾ ਇੱਥੇ ਕੱਪੜੇ ਦਾ ਕਾਰੋਬਾਰ ਸੀਗਾ, ਮੈਂ ਇਹਨਾਂ ਨਾਲ ਆ ਕੇ ਡਿਸਕਸ ਕੀਤੀ, ਇਹਨਾਂ ਨੇ ਮੈਨੂੰ ਮੇਰੇ ਕੱਪੜੇ ਦੇ ਸੰਬੰਧ ਵਿੱਚ ਉੱਧਰੋਂ ਇਨਵੀਟੇਸ਼ਨ ਮੰਗਵਾ ਕੇ ਦਿੱਤਾ ਅਤੇ ਮੇਰਾ ਵੀਜ਼ਾ ਆ ਗਿਆ, ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ। ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਅਤੇ ਮੈਨੂੰ ਹਫ਼ਤੇ 10 ਦਿਨਾਂ ਦੇ ਅੰਦਰ ਵੀਜ਼ਾ ਪ੍ਰੋਵਾਈਡ ਕਰਕੇ ਦਿੱਤਾ। ਮੇਰਾ ਕੋਈ ਇੱਥੇ ਰਿਲੇਟਿਵ ਨਹੀਂ ਹੈਗਾ ਕੈਨੇਡਾ 'ਚ, ਅਤੇ ਜਿੱਦਾਂ ਕੋਈ ਸਪੋਂਸਰ ਹੋਵੇ ਇੱਦਾਂ ਦਾ ਕੁਛ ਨਹੀਂ ਹੈਗਾ ਮੇਰਾ, ਇਹਨਾਂ ਨੇ ਸਿਰਫ ਇਨਵੀਟੇਸ਼ਨ ਦੇ ਆਧਾਰ 'ਤੇ ਵੀਜ਼ਾ ਅਚੀਵ ਕਰਕੇ ਦਿੱਤਾ। ਆਈ ਹੈਵ ਗੋਟ ਦ ਵੀਜ਼ਾ, ਸੋ ਥੈਂਕ ਯੂ ਸੋ ਮਚ I2A।